ਆ ਦੇਖ ਲਓ ਕੀ ਹੋ ਗਿਆ, ਗਰਮੀਆਂ ਕਰਕੇ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਦਾ। ਚੱਲਦੇ ਟਰੱਕ ਨੂੰ ਅੱਗ ਲੱਗ ਗਈ ਹੈ, ਪਿਛਲੇ ਡਾਲੇ 'ਚੋਂ ਅਚਾਨਕ ਲਾਟਾਂ ਉੱਠਣ ਲੱਗ ਜਾਂਦੀਆਂ ਨੇ, ਜਿਸ ਨੂੰ ਦੇਖ ਕੇ ਡਰਾਈਵਰ ਘਬਰਾ ਦਿੰਦਾ ਏ ਅਤੇ ਚੱਲਦੇ ਟਰੱਕ 'ਚੋਂ ਹੀ ਛਾਲ ਮਾਰ ਦਿੰਦਾ ਏ, ਜਿਸ ਕਰਕੇ ਟਰੱਕ ਜਿਹੜਾ ਏ ਥੋੜ੍ਹੀ ਦੂਰ ਜਾ ਕੇ ਰੁਕਦਾ ਏ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਟਰੱਕ ਵੀ ਆਪਣੇ ਆਪ ਰੁਕ ਗਿਆ, ਪਰ ਪਿੱਛੇ ਪਿਆ ਸਾਰਾ ਸਮਾਨ ਜਿਹੜਾ ਡਾਲੇ ਦੇ ਵਿੱਚ ਪਿਆ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਚੱਲਦੇ ਟਰੱਕ ਨੂੰ ਅੱਗ ਲੱਗੀ ਹੈ, ਅੱਗ ਦਾ ਗੋਲਾ ਬਣ ਗਿਆ ਹੈ ਚੱਲਦਾ ਹੋਇਆ ਟਾਟਾ 407 ਦਾ ਇਹ ਟਰੱਕ, ਮਿੰਨੀ ਟਰੱਕ ਕਹਿ ਸਕਦੇ ਹੋ ਇਸ ਨੂੰ। ਦੱਸਦੀ ਹੈ ਕਿ ਪੇਪਰ ਮਿੱਲ ਦੇ ਵਿੱਚੋਂ, ਜਿਹੜੀ ਪੇਪਰ ਗੱਤਾ ਮਿੱਲ ਬਣਾਉਂਦੀ ਹੈ, ਮਿੱਲ ਦੇ ਵਿੱਚੋਂ ਮਿੱਲ ਦਾ ਵੇਸਟ ਲੈ ਕੇ, ਯਾਨੀ ਕਿ ਕਾਗਜ਼ ਗੱਤੇ ਉਹਨਾਂ ਦਾ ਜਿਹੜਾ ਵੇਸਟੇਜ ਹੁੰਦੀ ਹੈ, ਜਿਹੜੇ ਸੱਟਣ ਵਾਲੇ ਪਦਾਰਥ ਹੁੰਦੇ ਨੇ, ਚੀਜ਼ਾਂ ਹੁੰਦੀਆਂ ਨੇ, ਉਹ ਲੈ ਕੇ ਇਹ ਟਰੱਕ ਆ ਰਿਹਾ ਸੀ। ਇਸਦਾ ਜਿਹੜਾ ਪਿਛਲਾ ਪਾਰਟ ਹੈ ਉਹ ਪੂਰਾ ਭਰਿਆ ਹੋਇਆ ਸੀ, ਅਚਾਨਕ ਉਹਨਾਂ ਚੀਜ਼ਾਂ ਦੇ ਵਿੱਚ ਹਲਕੀ ਜਿਹੀ ਚੰਗਿਆੜੀ ਪੈ ਜਾਂਦੀ ਹੈ, ਜਿਸ ਕਰਕੇ ਅੱਗ ਲੱਗ ਗਈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਚੰਗਿਆੜੀ ਕਿੱਥੋਂ ਪਈ, ਕਿਵੇਂ ਪਈ, ਕੀ ਅੱਗ ਲੱਗਣ ਦਾ ਕਾਰਨ, ਇਹ ਨਹੀਂ ਪਤਾ ਚੱਲ ਸਕਿਆ। ਪਰ ਜਿਹੜੀ ਅੱਗ ਹੈ ਤੁਸੀਂ ਦੇਖ ਸਕਦੇ ਹੋ ਕਿੱਡਾ ਨੁਕਸਾਨ ਹੋਇਆ, ਇਹ ਪੂਰਾ ਟਰੱਕ ਸੜ ਕੇ ਸਵਾਹ ਹੋ ਗਿਆ। ਤਾਂ ਨਿੱਕੀ ਜਿਹੀ ਗਲਤੀ ਕਿੱਡੀ ਮਹਿੰਗੀ ਪੈ ਗਈ ਹੈ, ਲੱਖਾਂ ਰੁਪਏ ਦਾ ਟਰੱਕ, ਟਰੱਕ ਦਾ ਡਰਾਈਵਰ ਰੋ ਰੋ ਕੇ, ਜਿਸਦਾ ਬੁਰਾ ਹਾਲ ਹੈ ਉਹ ਸਦਮੇ ਦੇ ਵਿੱਚ ਹੈ, ਕਿਉਂਕਿ ਅਚਾਨਕ ਉਸਨੂੰ ਆਪਣੇ ਬੈਕ ਮਿਰਰ ਦੇ ਵਿੱਚ, ਜਿਹੜਾ ਟਰੱਕ ਦੇ ਅੰਦਰ ਲੱਗਿਆ ਸੀ, ਅਚਾਨਕ ਆਪਣੇ ਹੀ ਟਰੱਕ ਦੇ ਵਿੱਚੋਂ ਧੂੰਆਂ ਉੱਠਦਾ ਹੋਇਆ ਦਿਖਾਈ ਦਿੰਦਾ ਏ, ਜਿਸ ਤੋਂ ਬਾਅਦ ਹਫੜਾ ਦਫੜੀ ਦੇ ਵਿੱਚ ਉਹ ਚੱਲਦੇ ਟਰੱਕ 'ਚੋਂ ਛਾਲ ਮਾਰ ਗਿਆ। ਟਰੱਕ ਤਾਂ ਰੁਕ ਗਿਆ, ਪਰ ਟਰੱਕ ਬਚ ਨਹੀਂ ਸਕਿਆ, ਪੂਰਾ ਟਰੱਕ ਜਲ ਕੇ ਰਾਖ ਹੋ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਰਾਜਸਥਾਨ ਦੇ ਬਿਲਵਾੜਾ ਦੀਆਂ, ਜਿੱਥੇ ਇਹ ਭਿਆਨਕ ਹਾਦਸਾ ਹੋਇਆ ਏ, ਇੱਕ ਨਿੱਕੀ ਜਿਹੀ ਗਲਤੀ ਕਰਕੇ ਪੂਰਾ ਟਰੱਕ ਜਲ ਕੇ ਰਾਖ ਹੋ ਗਿਆ।